ਪੰਜਾਬੀ ਪੌਡਕਾਸਟ ਸੁਣਨ ਵਾਲਿਆਂ ਦਾ ਇੱਕ ਵਾਰ ਫੇਰ ਤਹਿ ਦਿਲੋਂ ਸਵਾਗਤ ਮੈਂ ਹਾਂ ਸੰਤਾਰ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਨਮੋਹਣ ਵਾਰਿਸ ਹੋਣਾ ਨਾ ਤੇ ਜਾਂਦੇ ਜਾਂਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਇੱਕ ਪਾਸ਼ ਹੋਣਾ ਦੀ ਕਵਿਤਾ ਮੇਰੀ ਮਾਂ ਦੀਆਂ ਅੱਖਾਂ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੌਡਕਾਸਟ ਅੱਜ ਸਾਡੇ ਨਾਲ ਪੰਜਾਬੀ ਪੌਡਕਾਸਟ ਵਿੱਚ ਸ਼ਾਮਲ ਨੇ ਮਨਮੋਹ ਵਾਰਿਸ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਜੁੜੇ ਹੋਏ ਸੱਜਣਾ ਨੂੰ ਬੜੇ ਧੰਨਵਾਦ ਦੀਆਂ ਤੁਹਾਡੇ ਕਿ ਤੁਸੀਂ ਪੌਡਕਾਸਟ ਡਾਊਨਲੋਡ ਕੀਤੀ ਪਹਿਲਾਂ ਬੜੇ ਐਡਵਾਂਸ ਹੋ ਤੁਸੀਂ ਤੇ ਸੁਣ ਰਹੇ ਆ ਸਾਨੂੰ ਤੇ ਅੱਗੇ ਇਹ ਜੇ ਮੈਂ ਵਾਰੀ ਨਿਭਾਉਂਦੇ ਰਹਿਣਾ ਇਸ ਚੀਜ਼ ਨੂੰ ਵੱਡੀ ਤੋਂ ਵੱਡੀ ਕਰਦੇ ਜਾਣਾ ਆਪਣੇ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਦੱਸਦੇ ਰਹਿਣਾ ਇਹਦੇ ਬਾਰੇ ਤਾਂ ਕਿ ਆਪਾਂ ਆਪਣੇ ਪਿੰਡਾਂ ਦੀਆਂ ਗੱਲਾਂ ਆਪਣੇ ਵਿਰਸੇ ਦੀਆਂ ਗੱਲਾਂ ਸਭਿਆਚਾਰ ਦੀਆਂ ਗੱਲਾਂ ਅਸਲ ਵਿੱਚ ਜਿਹੜੀ ਸਾਥ ਹੋਣਾ ਉਹਨੂੰ ਮੁੜ ਕੇ ਸਰਜੀਤ ਕਰੀਏ ਹਨਾ ਇਹਦੇ ਜ਼ਰੀਏ ਹਾਂ ਕਿਉਂਕਿ ਇੰਟਰਵਿਊ ਦੇ ਵਿੱਚ ਨਾ ਬੱਜਾ ਆ ਬੰਦਾ ਗੱਲ ਕਰਦਾ ਉਹ ਵੀ ਕਈ ਵਾਰੀ ਕਿਸੇ ਇੱਕੋ ਵਿਸ਼ੇ ਬਾਰੇ ਗੱਲ ਹੋਈ ਜਾਂਦੀ ਹੈ ਪਰ ਜਿਹੜੀ ਸਾਥ ਜੁੜਦੀ ਸੀ ਪਿੰਡਾਂ ਦੇ ਵਿੱਚ ਹਾਂ ਉਹਦੇ ਉੱਥੇ ਕੋਈ ਵਿਸ਼ਾ ਨਹੀਂ ਹੁੰਦਾ ਸੀ ਹਨਾ ਦੇਖ ਲੈ ਕਿੱਦਾਂ ਨਾ ਗੱਲ ਥੱਲੇ ਪੈਂਦੀ ਹੁੰਦੀ ਸੀ ਹਨਾ ਲਗਾਤਾਰ ਜਿੰਨੇ ਚਿਰ ਮਰਜੀ ਘੰਟਿਆਂ ਬੱਧੀ ਬੈਠੇ ਰਹੋ ਇੱਕ ਤਾਂ ਇੱਕ ਉੱਪਰ ਗੱਲ ਆਉਂਦੀ ਹੈ ਆ ਉੱਥੇ ਫਿਰ ਜਦੋਂ ਇਕੱਠੇ ਹੁੰਦੇ ਸੀ ਨਾ ਇੱਕ ਦੂਏ ਨੂੰ ਪਰਫਾਰਮ ਵੀ ਕਰਦੇ ਸੀ ਸਾਨੂੰ ਗੱਲ ਇੱਕ ਦੱਸੀ ਇੱਕ ਵਾਰ ਮੇਰਾ خیال ਤੁਹਾਨੂੰ ਵੀ ਸ਼ਾਇਦ ਪਤਾ ਹੋਵੇ ਜੋਗੇ ਹੋਣਾ ਨੇ ਆਪਣੇ ਖਾਸ ਮਿੱਤਰ ਆ ਹਾਂ ਉਹਨਾਂ ਦੇ ਪਿੰਡ ਦੀ ਗੱਲ ਏ ਕਿ ਕੋਈ ਨਾ ਆਪਣਾ ਉਹਨਾਂ ਦਾ ਕਿਸੇ ਦਾ ਪਿਤਾ ਕਿਸੇ ਦਾ ਪਾਪਾ ਚਲ ਗਿਆ ਸ਼ਹਿਰ ਨੂੰ ਅੱਛਾ ਨਿਆਣਿਆਂ ਨੂੰ ਕਹਿ ਗਿਆ ਕਹਿੰਦਾ ਪਿੱਛੇ ਪਸ਼ੂਆਂ ਦਾ ਖਿਆਲ ਰੱਖਿਓ ਤਾਂ ਨਿਆਣੇ ਬਹਿ ਗਏ ਸਾਥ ਥੱਲੇ ਤੇ ਉੱਥੇ ਪਹਿਲਾਂ ਗੱਲਾਂ ਗੁੱਲਾਂ ਸੁਣਦੇ ਰਹੇ ਫੇਰ ਤਾਸ਼ ਤੂਚ ਖੇលਦੇ ਰਹੇ ਸਾਰਾ ਹੀ ਦਿਨ ਲੰਘ ਗਿਆ ਤੇ ਗਏ ਨਹੀਂ ਪਸ਼ੂਆਂ ਨੂੰ ਦੇਖਣ ਤੇ ਉਹ ਜਦ ਕਿਸੇ ਨੇ ਦੱਸਿਆ ਕਹਿੰਦੇ ਉਹ ਤੁਹਾਡਾ ਪਾਪਾ ਆਂਦਾ ਸ਼ਹਿਰੋਂ ਤੇ ਉਹ ਮੁੰਡਾ ਤੋੜਾ-ਤੋੜਾ ਗਿਆ ਉਹਨ ਛਾਲ ਮਾਰੀ ਉੱਪਰ ਨੂੰ ਡੇਕਦੀ ਇੱਕ ਡਾਲੀ ਟੁੱਟ ਗਈ ਤੇ ਡੇਕਦੀ ਡਾਲੀ ਲੈ ਕੇ ਤੁਰਿਆ ਜਾਵੇ ਤੇ ਆ ਪਾਪਾ ਕਹਿੰਦਾ ਉਹਨਾਂ ਦਾ ਉਹ ਕਹਿੰਦਾ ਉਹ ਕਿੱਥੇ ਨੂੰ ਚੱਲੇ ਆਂਗਾ ਨਾ ਬੱਕਰੀ ਨੂੰ ਪਾਣ ਚੱਲੇ ਆਂ ਕਹਿੰਦਾ ਉਹ ਏ ਸਾਲਿਓ ਸਾਰਾ ਦਿਨ ਉਹਨੂੰ ਕੁਛ ਪਾਇਆ ਹੀ ਨਹੀਂ ਕਹਿੰਦਾ ਨਹੀਂ ਨਹੀਂ ਪਾਪਾ ਪੱਠੇ ਦਾ ਪੂਰੇ ਪਾਇਆ ਇਹਦਾ ਸੈਲਡ ਆ ਇਹ ਤੱਕੰਦਾ ਬੱਕਰੀ ਲਈ ਸੈਲਡ ਲੈ ਕੇ ਚੱਲੇ ਆ ਪਰ ਉਹ ਚੀਜ਼ਾਂ ਬਹੁਤ ਬੜੀਆਂ ਸੀ ਹਨ ਮਹੂਨ ਬਜ਼ੁਰਗਾਂ ਦਾ ਗਿਆਨ ਸਾਡੇ ਤੱਕ ਇਦਾਂ ਹੀ ਗੱਲਾਂ ਨਾਲ ਆਉਂਦਾ ਸੀ ਨਹੀਂ ਉਸ ਵੇਲੇ ਦੇਖ ਲੈ ਪਹਿਲਾਂ ਤਾਂ ਟੀਵੀ ਵੀ ਨਹੀਂ ਸੀਗੇ ਫੋਨ ਫੋਨ ਤਾਂ ਬਿਲਕੁਲ ਬਾਅਦ ਦੀਆਂ ਗੱਲਾਂ ਆ ਪਰ ਉਹ ਜਿਹੜਾ ਨੌਲੇਜ ਆ ਉਹ ਜਿਹੜਾ ਜਿਹੜਾ ਵਿਰਸਾ ਨਾ ਅਸਲੀ ਸੱਭਿਆਚਾਰ ਚ ਬਦਲਦਾ ਹੁੰਦਾ ਸੀ ਜਾਨੀ ਕਿ ਪ੍ਰਾਣੀਆਂ ਚੀਜ਼ਾਂ ਭਵਰਾ ਸਾਹ ਬਹੁਤ ਲਫ਼ਜ਼ ਵਰਤਦੇ ਹੁੰਦੇ ਸੀ ਸੀਨਾ ਬਸੀਨਾ ਕਹਿੰਦੇ ਹੁੰਦੇ ਸੀ ਹਾਂ ਹਾਂ ਕਿ ਉਹੋ ਐਦਾਂ ਹੀ ਜ਼ਬਾਨੀ ਗੱਲਾਂ ਅਗਲੀ ਪੀੜ੍ਹੀ ਤੱਕ ਚੱਲ ਜਾਣੀਆਂ ਉਹ ਉਹਨਾਂ ਦੇ ਕੀਤੇ ਕਰਾਏ ਤਜਰਬੇ ਨਾ ਤੁਹਾਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਹੁਣ ਕੋਈ ਪੜ੍ਹੂਗਾ ਤੇ ਪੜ੍ਹਦਾ ਵੀ ਕੌਣ ਆ ਤੈਨੂੰ ਪਤਾ ਹੀ ਨਹੀਂ ਇੱਕ ਨਾ ਮਨਮੋਣ ਸਾਨੂੰ ਸਾਡੀ ਬੀਬੀ ਛੋਟੇ ਹੁੰਦਿਆਂ ਨੂੰ ਕਈ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਤੇ ਉਹ ਕਹਾਣੀਆਂ ਸਾਰੀਆਂ ਸੁਣੀਆਂ ਹੋਈਆਂ ਸੀ ਗਿਆ ਤੇ ਚਲੋ ਮੇਰੇ ਮਨ ਵਿੱਚ ਚਲੋ ਬਾਅਦ ਵਿੱਚ ਅਸੀਂ ਪੜ੍ਹਨ ਲੱਗ ਪਏ ਤੇ ਲੋਕਾਂ ਨੇ ਬੜਾ ਕਿਹਾ ਕਾਲੀਦਾਸ ਇੰਡੀਆ ਦਾ ਸ਼ੇਕਸਪੀਅਰ ਸਿਗਾ ਤੇ ਦੁਨੀਆਂ ਦਾ ਸਭ ਤੋਂ ਪਹਿਲਾ ਸ਼ੇਕਸਪੀਅਰ ਸਿਗਾ ਕਿਉਂਕਿ ਸ਼ੇਕਸਪੀਅਰ ਤੋਂ ਹਜ਼ਾਰ ਸਾਲ ਪਹਿਲਾਂ ਹੋਇਆ ਤੇ ਬਹੁਤ ਕਹਿਣ ਜੀ ਕਾਲੀਦਾਸ ਨੇ ਮੇਘਦੂਤ ਲਿਖਿਆ ਉਹਨ ਸ਼ਕੁੰਤਲਮ ਲਿਖਿਆ ਉਹਨੇ ਇਹ ਲਿਖਿਆ ਉਹਨੇ ਉਹ ਲਿਖਿਆ ਮੇਰੇ ਮਨ ਵਿੱਚ ਬੜਾ ਪਏ ਉਹਨੂੰ ਕਿੱਦਾਂ ਪੜੀਏ ਪਰ ਉਹ ਸੰਸਕ੍ਰਿਤ ਵਿੱਚ ਲਿਖਿਆ ਆ ਸੰਸਕ੍ਰਿਤ ਹੁਣ ਕਿਹਨੂਆਂ ਦੀ ਇੱਥੇ ਤੇ ਮੈਂ ਨਾ ਇੱਕ ਵਾਰੀ ਘੁੰਮਦੇ ਘਿਰਦੇ ਨੇ ਤੇ ਮੈਨੂੰ ਨਾ ਪੰਜਾਬੀ ਵਿੱਚ ਕਾਲੀਦਾਸ ਦੀਆਂ ਕਹਾਣੀਆਂ ਦੀ ਕਿਤਾਬ ਮਿਲ ਗਈ ਉਹਦੇ ਕਹਾਣੀਆਂ ਨਹੀਂ ਉਹਦੇ ਉਹਦੇ ਡਰਾਮਿਆਂ ਦੀ ਤੇ ਜਦ ਮੈਂ ਲਿਆ ਕੇ ਘਰ ਪੜ੍ਹਨ ਲੱਗਾ ਮੈਂ ਪਹਿਲਾ ਪੜ੍ਹਿਆ ਮੈਂ ਕਿਹਾ ਮੈਂ ਤਾਂ ਇਹ ਵੀ ਸੁਣਿਆ ਆ ਦੂਜਾ ਪੜ੍ਹਿਆ ਮੈਂ ਇਹ ਵੀ ਸੁਣਿਆ ਤੀਜਾ ਪੜ੍ਹਿਆ ਮੈਂ ਉਹ ਵੀ ਕਹਾਣੀ ਸੁਣੀ ਹੋਈ ਆ ਸਾਰੀ ਤੇ ਫੇਰ ਮੈਂ ਫੋਨ ਕੀਤਾ ਆਪਣੀ ਬੀਬੀ ਨੂੰ ਤੇ ਮੈਂ ਕਿਹਾ ਬੀਬੀ ਵੀ ਮੈਨੂੰ ਇਹ ਗੱਲ ਦੱਸ ਤੇ ਜਿਹੜੀਆਂ ਤੂੰ ਆਹਾ 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 ਕਹਾਣੀਆਂ ਸੁਣਾਇਆਂ ਸੀ ਇਹ ਤੂੰ ਸੁਣੀਆਂ ਕਿੱਥੋਂ ਕਿਉਂਕਿ ਕਾਲੀਦਾਸ ਤਾਂ ਇਹੇ ਸੀਗਾ ਨਾ ਵੀ ਬਹੁਤ ਪੜ੍ਹੇ ਹੋ ਲਿਖੇ ਉਹ ਬੰਦੇ ਦਾ ਕੰਮ ਜਿੱਦਾ ਸ਼ੈਕਸਪੀਅਰ ਨੂੰ ਤਾਂ ਹੁਣ ਬੰਦਾ ਐਮਏ ਦੀ ਡਿਗਰੀ ਕਰੂ ਤਾਂ ਪੜ੍ਹੂ ਕਾਲੀਦਾਸ ਨੂੰ ਹੁਣ ਸੰਸਕ੍ਰਿਤ ਦੀ ਐਮਏ ਕਰੂ ਤਾਂ ਪੜ੍ਹੂ ਤੇ ਮੈਂ ਕਿਹਾ ਬੀਬੀ ਤੁਹਾਡੇ ਕੋਲੇ ਕਿੰਧਾ ਇਆਂ ਕਹਾਣੀਆਂ ਤੇ ਸਾਡੀ ਬੀਬੀ ਨੇ ਮੈਨੂੰ ਦੱਸਿਆ ਕਹਿੰਦੀ ਵੀ ਸਾਡੇ ਉਹਨਾਂ ਦਾ ਚਾਚਾ ਜਾਨੀ ਕਿ ਸਾਡੇ ਨਾਨੇ ਦਾ ਛੋਟਾ ਭਰਾ ਕਹਿੰਦੀ ਵੀ ਹਰ ਜੀ ਆਣੇ ਜਾ ਕੇ ਪੰਡਤਾਂ ਦੇ ਬਹਿੰਦਾ ਹੁੰਦਾ ਸੀ ਤੇ ਉੱਥੋਂ ਉਹਨ ਕਹਾੜੀਆਂ ਸੁਣ ਕੇ ਆਣਾ ਤੇ ਰਾਤ ਨੂੰ ਅਸੀਂ ਸੱਤ ਅੱਠ ਨਿਆਣੇ ਹੁੰਦੇ ਸੀ ਛੋਟੇ ਛੋਟੇ ਤੇ ਉਹਨ ਇਕੱਠੇ ਹੋ ਕੇ ਤੇ ਉਹਨ ਫਿਰ ਸਾਨੂੰ ਸੁਣਾਉਂਦੀਆਂ ਦੇਖ ਕਿੰਨੀ ਹੈ ਨਾ ਵਧੀਆ ਗੱਲ ਦੇਖੋ ਜਾਨੀ ਕਿ ਉਹਨ ਕਹਾਣੀਆਂ ਰਾਹੀਂ ਕਾਲੀਦਾਸ ਪਛੜੇ ਹੋਏ ਇਲਾਕਿਆਂ ਵਿੱਚ ਪਹੁੰਚ ਰਿਹਾ ਸੀ ਅਨਪੜਾਂ ਤੱਕ ਪਹੁੰਚ ਗਿਆ ਹਨਾ ਸੀਨਾ ਬਸੀਨਾ ਕਹਾਣੀਆਂ ਅਨਪੜਾਂ ਤੱਕ ਪਹੁੰਚ ਰਿਹਾ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਾਲੀਦਾਸ ਦੀ ਕਹਾਣੀ ਸੁਣ ਰਹੇ ਹਨ ਪਰ ਉਹਦੇ ਵਿੱਚ ਜੋ ਵੀ ਉਹਨੇ ਪਲੋਟ ਫਿਟ ਕੀਤਾ ਆ ਜੋ ਵੀ ਉਹਦੇ ਵਿੱਚ ਉਹਨ ਕਿਸੇ ਤਰੀਕੇ ਨਾਲ ਸਟੋਰੀ ਨੂੰ ਘੁਮਾ ਕੇ ਲਿਆਂਦਾ ਉਹ ਸਟੋਰੀ ਬੱਚਿਆਂ ਦੇ ਦਿਲਾਂ 'ਚ ਜਾ ਰਹੀ ਸੀ ਤੇ ਹੁਣ ਅਸੀਂ ਕਹਿਣਾ ਬੱਚਿਆਂ ਨੂੰ ਅਸੀਂ ਬਹੁਤ ਕੁਝ ਸਿਖਾ ਰਹੇ ਆ ਇਹਨਾਂ ਦੇ ਹੱਥ ਵਿੱਚ ਅਸੀਂ ਆਈਪੈਡ ਫੜਾਈਓ ਪਰ ਉਹਨਾਂ ਨੂੰ ਕਾਲੀਦਾਸ ਕਿੰਨ ਸਿਖਾ ਲੈਣ ਨਹੀਂ ਉਹ ਚੀਜ਼ਾਂ ਜਿਹੜੀਆਂ ਸੰਗਠਾਰ ਇੱਕ ਨਾ ਸਾਡੇ ਪੰਜਾਬ ਦੇ ਨਾ ਪੱਤਰਕਾਰ ਨੇ ਨਾ ਹਾਂ ਉਹਨੇ ਇੱਕ ਲੜੀ ਜੀ ਚਲਾਈ ਸੀ ਪਿੱਛੇ ਜਾ ਇਹ ਉਹ ਜਿਹਦਾ ਵੱਖ-ਵੱਖ ਨਾ ਜਿੱਦਾਂ ਜਗਾ ਜਾ ਕੇ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਸਵਾਲ ਕਰਦਾ ਆ ਹਨਾ ਅੱਛਾ ਤੇ ਉਹ ਜਿੱਦਾਂ ਜਿਹੜੇ ਛੋਟੇ ਬੱਚੇ ਆ ਕਹਿੰਦਾ ਪੰਜ ਦਾ 8 ਸਾਲ ਦੇ 9 ਸਾਲ ਦੇ ਉਹਨਾਂ ਨੂੰ ਪੁੱਛਦਾ ਗੁਰੂ ਨਾਨਕ ਦੇਵ ਜੀ ਕੌਣ ਸੀ ਤੁਹਾਨੂੰ ਪਤਾ ਹਾਂ ਕਹਿੰਦਾ ਨਹੀਂ ਜੀ ਸਾਨੂੰ ਅਜੇ ਪੜਾਇਆ ਨਹੀਂ ਜੀ ਦੱਸ ਹੁਣ ਕਿੱਥੇ ਜੇਲੇ ਉਹ ਵੱਡਿਆਂ ਨੂੰ ਪੁੱਛਦਾ ਫੇ ਜਿੱਦਾਂ ਉਹ ਬੜੇ ਜਿਹੜੇ ਤਰਾਸਦੀ ਆ ਉਹ ਪੁੱਛਦਾ ਵੀ ਨਵੰਬਰ ਮਹੀਨਾ ਚੱਲ ਰਿਹਾ ਤੁਹਾਨੂੰ ਪਤਾ ਦਿੱਲੀ ਇਹਨਾਂ ਦਿਨਾਂ ਚ ਕੀ ਹੋਇਆ ਸੀ ਉਹ ਕਹਿੰਦੇ ਨਹੀਂ ਪਤਾ ਨਹੀਂ ਸਾਨੂੰ ਹਾਂ ਤੇ ਫੇਰ ਉਹ ਚੌਥਾ ਪੰਜਵਾਂ ਬੰਦਾ ਕਹਿੰਦਾ ਜੀ ਸ਼ਾਇਦ ਉਹ ਕਹਿੰਦਾ ਸਿੱਖਾਂ ਨਾਲ ਕੋਈ ਸੰਬੰਧਿਤ ਸੀਗਾ ਕੋਈ ਮਾੜੀ ਘਟਨਾ ਵਾਪਰੀ ਸੀ ਕਹਿੰਦੇ ਸ਼ਾਇਦ ਫਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਫੇ ਇਦਾਂ ਹਨਾ ਅੱਛਾ ਤੇ ਬੜੀ ਨਾ ਇੱਕ ਤਰਾਸ ਦੀ ਆ ਮੈਂ ਸੋਚਦਾ ਵੀ ਜਿਹੜਾ ਆਪਾਂ ਨਾ ਪਿੱਛੇ ਹੋ ਗਏ ਆ ਬਹੁਤ ਪੜਨ ਤੋਂ ਕਿਸੇ ਤੋਂ ਬੈਠ ਕੇ ਸਿੱਖਣ ਤੋਂ ਮੈਂ ਸਟੇਜ ਤੇ ਨਾ ਜਦੋਂ ਲੋਕ ਤੱਥ ਨਹੀਂ ਕਹਾਂਦਾ ਹੁੰਦਾ ਇਕੱਲੇ ਬੰਦੇ ਦਾ ਨਾ ਹੁੰਦਾ ਮੁੱਲ ਦਵਾਨੀ ਬਈ ਹਾਂ ਹਾਂ ਮੇਰਾ ਇੱਕ ਪੈਟ ਡਾਇਲੋਗ ਹਾਂ ਮੈਂ ਪਹਿਲਾਂ ਕਹਿੰਦਾ ਹੁੰਨਾ ਨਾ ਮੈਂ ਕਿਹਾ ਵੀ ਜੇ ਕਿਸੇ ਬਜ਼ੁਰਗ ਕੋਲ ਨਾ 10 ਮਿੰਟ ਬੈਠ ਬੈਠ ਜਾਓ ਤਾਂ 10 ਸਾਲਾਂ ਦੀ ਕੁੰਡੀ ਹੱਥ ਆ ਜਾਂਦੀ ਆ ਆ ਜਾਂਦੀ ਆ ਫੇਰ ਮੈਂ ਅੱਗੇ ਉਹ ਮੈਂ ਲਾਈਨ ਕਹਿਣਾ ਹੁੰਨਾ ਮੈਂ ਕਿਹਾ ਕੀਤੇ ਕਿਰਾਏ ਤੇ ਸਰਵੇ ਲੈਂਦਾ ਕੋਈ ਨਹੀਂ ਠੋਕਰਾਂ ਖਾ ਕੇ ਸਿੱਖਦਾ ਹਰੇਕ ਬੰਦਾ ਪਰ ਉਹ ਲੰਬਾ ਸਮਾਂ ਜ਼ਿੰਦਗੀ ਛੋਟੀ ਆ ਤੇ ਉਹ ਬੰਦਾ ਸਿੱਖਦਾ ਜਦ ਤੱਕ ਕਿਤੇ ਦਾ ਕਿਤੇ ਚੱਲ ਜਾਂਦੀ ਗੱਲ ਐਦਾਂ ਹੁਣ ਜਿਹੜਾ IQ ਟ ਇਤਨੀ ਲੋਕਾਂ ਦਾ ਕਰਦੇ ਦਿਮਾਗ ਕਿੰਨਾ ਆ ਉਹਦੇ ਵਿੱਚ ਪੜ੍ਹਾਈ ਦਾ ਕੋਈ ਤਾਲੁਕ ਨਹੀਂ ਹੈ ਜਾਨਕਿ ਜਿਹੜਾ ਬੰਦਾ ਅਨਪੜ੍ਹਿਆ ਉਹ ਉਹਦਾ ਵੀ ਕੰਜਾਂ ਦਾ ਆਈਕਿਊ ਬਹੁਤ ਹਾਈ ਆ ਪੜ੍ਹਾਈ ਦਾ ਤੇ ਤੁਹਾਨੂੰ ਪਤਾ ਹੀ ਜਾਂ ਕਿ ਸਕੂਲਾਂ ਚ ਦੇਖ ਲਓ ਕਿੰਨੇ ਅਨਪੜ੍ਹ ਘੁੰਮਦੇ ਹੁੰਦੇ ਆ ਇੱਕ ਵਾਰੀ ਇੱਕ ਮੁੰਡਾ ਮੇਰੇ ਕੋਲ ਆਇਆ ਕਹਿੰਦਾ ਯਾਰ ਮੈਂ ਸਬਜੈਕਟ ਬਦਲਣਾ ਇਹ ਮੇਰਾ ਖਿਆਲ 12ਵੀਂ ਜਾਂ 13ਵੀਂ ਦੀ ਗੱਲ ਹੋਗੀ ਆਪਣੇ ਕਾਲਜ ਦੇ ਵਿੱਚ ਹਾਂਜੀ ਕਹਿੰਦਾ ਮੈਂ ਸਬਜੈਕਟ ਬਦਲਾਂ ਤੇ ਮੈਂ ਕਿਹਾ ਫੇਰ ਕੀ ਪ੍ਰੋਬਲਮ ਆ ਕਹਿੰਦਾ ਮੈਂ ਨਾ ਚਾਹਨਾ ਪਈ ਮੈਂ ਪੋਲੀਟੀਕਲ ਸਾਇੰਸ ਛੱਡ ਕੇ ਪੰਜਾਬੀ ਇਲੈਕਟਿਵ ਰੱਖ ਲੈਣੀ ਹੈ। ਅੱਛਾ। ਤੇ ਕਹਿੰਦਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਸਬਜੈਕਟ ਬਦਲਣਾ ਉਹ ਕਹਿੰਦੇ ਕੋਈ ਨਹੀਂ ਅਰਜੀ ਲਿਖ ਕੇ ਲਿਆ ਤੇ ਫਿਰ ਸਬਜੈਕਟ ਬਦਲ ਦੰਨੇ ਆ। ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਜੇ ਅਰਜੀ ਲਿਖਣੀ ਆਦੀ ਹੁੰਦੀ ਤਾਂ ਹਣੇ ਇੱਥੇ ਕੀ ਕਰਨਾ ਸੀ। ਦੱਸ ਦਾਸ ਬਾਰਵੀਂ ਤੇਰਵੀਂ ਚ ਹੋ ਗਿਆ ਹੱਲੇ ਤੱਕ ਇਹ ਨਹੀਂ ਮੈਂ ਕਿਹਾ ਉਹ ਤਾਂ ਸਕੂਲ ਚ ਜਾ ਵੀ ਛੇਵੀਂ ਚ ਸਿਖਾਉਂਦੇ ਹੁੰਦੇ ਆ ਪਿਆਰੇ ਪ੍ਰਿੰਸੀਪਲ ਸਾਹਿਬ ਜੀ ਹਨਾ ਆਹੋ ਨਹੀਂ ਹੈ ਨਹੀਂ ਇਹ ਸਬੰਧ ਜਿਹੜਾ ਚੀਜ਼ ਨੂੰ ਤੁਸੀਂ ਘੋਖਦੇ ਕਿੰਨੇ ਡੰਗਾਈ ਨਾਲ ਵਾ ਹਨਾ ਹਾਂ ਜਿੱਦਾਂ ਸਾਡੇ ਪਿਤਾ ਜੀ ਨਹੀਂ ਕਹਿੰਦੇ ਹੁੰਦੇ ਸੀਗੇ ਜਦੋਂ ਕੋ ਆ ਕੇ ਕਹਿੰਦਾ ਹੁੰਦਾ ਸੀ ਫਲਾਣੀ ਕਿਤਾਬ ਵਿੱਚ ਲਿਖਿਆ ਹਾਂ ਜੀ ਮੈਂ ਵੀ ਪੜ੍ਹੀ ਆ ਜੀ ਅਗਲਾ ਮੋਰੀਓ ਕਹਿੰਦਾ ਹੁੰਦਾ ਸਾਹਿਬ ਇਹ ਪੁੱਤਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਂ ਪੜ੍ਹੀ ਆ ਜੀ ਫਿਰ ਉਹ ਕਹਿੰਦਾ ਇੱਕ ਲੈਨ ਤਾਂ ਸੜਾ ਕਹਿੰਦਾ ਪੜੇਨੋ ਕੀ ਕਰਨਾ ਤੈਨੂੰ ਯਾਦ ਹੈਗਾ ਕੁਛ ਹਲੋ ਉਹ ਮੈਨੂੰ ਹੱਸਦੇ ਸੀ ਉਹ ਪਿਤਾ ਜੀ ਕਹਿੰਦੇ ਫਲਾਣਾ ਕਹਿੰਦੇ ਜਿਹੜਾ ਟੀਚਰ ਵਾ ਸਾਡੇ ਪਿੰਡ ਦਾ ਕਹਿੰਦਾ ਉਹ ਕਹਿੰਦਾ ਮੈਨੂੰ ਵੀ ਸਾਵੇ ਪੱਤਰ ਦੇ ਉਹ ਜੀ ਤੁਸੀਂ ਬਹੁਤ ਇਚੋ ਐਗਜ਼ਾਮਪਲਾਂ ਦਿੰਨੇ ਆ ਮੈਂ ਵੀ ਕੁਝ ਦਿਆ ਕਰੂੰਗਾ ਕੁਝ ਐਗਜ਼ਾਮਪਲਾਂ ਹਾਂ ਕਹਿੰਦਾ ਮਹੀਨੇ ਕਵਾਦ ਲਿਆ ਆਇਆ ਕਹਿੰਦਾ ਜੀ ਪਹਿਲੀ ਹਫ਼ਤਾ ਨਹੀਂ ਯਾਦ ਹੁੰਦੀ ਹੋ ਜਾਂਦੀ ਕਹਿੰਦਾ ਇਹ ਕੋ ਸਿਸਟਮ ਹੋ ਰਹੀ ਆ ਇਹ ਤਾਂ ਸੋ ਜਿਹੜਾ ਉਹਨੂੰ ਚੀਜ਼ ਨੂੰ ਨਾ ਜਦਾਂ ਅੰਦਰ ਵਸਾਉਣਾ ਹੈ ਨਾ ਉਸ ਨੂੰ ਵਸਾਉਣਾ ਜੇ ਜੇ ਬੰਦੇ ਨੂੰ ਕਿਸੇ ਚੀਜ਼ ਦਾ ਉਦੋਂ ਤਾਂ ਲੋਕ ਇਹ ਬਹੁਤ ਸ਼ਬਦ ਵਰਤਦੇ ਆ ਗਲਤ ਥਾਂ ਬਹੁਤ ਵਰਤਦੇ ਆ ਤੇ ਉਦੋਂ ਹੀ ਸਸਤੇ ਤੌਰ ਤੇ ਵਰਤੀ ਜਾਂਦੇ ਹਰੇਕ ਗੱਲ ਨੂੰ ਕਹੀ ਜਾਂਦੇ ਆ ਪਰ ਅਸਲ ਵਿੱਚ ਜਿਹਨੂੰ ਕਹਦੇ ਆ ਕਿ ਕਿਸੇ ਚੀਜ਼ ਦਾ ਏਸ਼ਕ ਚਾਹੀਦਾ ਜਾਂ ਪੈਸ਼ਨ ਹਾਂ ਤੇ ਜ਼ਿੰਦਗੀ 'ਚ ਤੁਸੀਂ ਜਿੰਨੀਆਂ ਚੀਜ਼ਾਂ ਬਾਰੇ ਆਪਣਾ ਪੈਸ਼ਨ ਵਧਾ ਲੂਗੇ ਉੰਨੀ ਜ਼ਿੰਦਗੀ ਵਧੀਆ ਹੋ ਜਾਂਦੀ ਜੇ ਹੁਣ ਖਾਣਾ ਹੀ ਖਾਂਦਾ ਬੰਦਾ ਇੱਕ ਬੰਦਾ ਤਾਂ ਉਹਦੇ ਵਿੱਚ ਚਾਹੁੰਦਾ ਕਿ ਜਾਰੇ ਸਵਾਦ ਹੋਵੇ ਖਾਣਾ ਤਾਂ ਹੈ ਹੀ ਹਾਂ ਮਾੜਾ ਜਿਹਾ ਜੇ ਮਾੜਾ ਜਾਂ ਧਨੀਆਂ ਪਾ ਕੇ ਮਾੜਾ ਜਿਹਾ ਜੇ ਇਹਦੇ ਉੱਤੇ ਜੇ ਇਹਦੇ ਉੱਤੇ ਨਾਟਕ ਇੱਕ ਥੋੜਾ ਜਿਹਾ ਪਾ ਦਈਏ ਜੈਫ ਵਾਲਾ ਇਹਦਾ ਆ ਸਵਾਦ ਬਣ ਜਾਣਾ ਜਾਂ ਕੁਝ ਵੀ ਹੂੰ ਅ ਦੂਜਾ ਬੰਦਾ ਕਹਿੰਦਾ ਉਹ ਚੱਲ ਢਿੱਡੇ ਭਰਨਾ ਕੁਝ ਹੋਇਆ ਨਹੀਂ ਹੈ ਨਹੀਂ ਕਈਆਂ ਨੂੰ ਇਦਾਂ ਸਵਾਦ ਉਸ ਚੋਂ ਮਜ਼ਾ ਨਹੀਂ ਲੈਂਦੇ ਜੀ ਚੋਂ ਹਾਂ ਤੇ ਫਿਰ ਤਾਂ ਹੀ ਜਿਹੜੇ ਬਾਕੀ ਦੇ ਕੰਮ ਆ ਸਾਰੇ ਉਹਨੂੰ ਤਾਂ ਹੀ ਕਪਤਾ ਦੇ ਵਿੱਚ ਆ ਚਾਹੇ ਉਹ ਮਿਊਜ਼ਿਕ ਦੇ ਵਿੱਚ ਆ ਚਾਹੇ ਉਹ ਕਿਸੇ ਚੀਜ਼ ਚ ਆ ਇਹਨਾਂ ਨੂੰ ਤਾਂ ਹੀ ਰਾਸ ਕਿਹਾ ਸਵਾਦ ਕਿਹਾ ਹਾਂ ਅਸੀਂ ਨਾ ਤੀਜੀ ਕਲਾਸ ਚ ਪੜਦੇ ਹੁੰਦੇ ਸੀਗੇ ਹਨਾ ਹੂੰ ਤੀਜੀ ਕਲਾਸ ਜਾਂ ਚੌਥੀ ਚ ਪੜਦੇ ਸੀ ਤੇ ਮੀਤਾ ਨਾ ਗੰਨਾ ਚੂਪੇ ਹਨਾ ਸ਼ਰਾਰਤੀ ਬਹੁਤ ਸੀਗਾ ਉਹ ਹੂੰ ਸਾਡੇ ਸਾਡੇ ਨਾਲ ਪੜੇ ਤੀਜੀ ਕਲਾਸ ਚ ਤੇ ਉਹ ਪ੍ਰੀਤਮ ਸਿੰਘ ਹੁਣੀ ਲੰਗੇ ਕੋਲ ਦੀ ਉਹਨੇ ਨਾ ਛੇਲ ਕੇ ਸੱਡ ਦਿੱਤਾ ਉਹਦੇ ਤੇ ਹਾਂ ਤੇ ਉਹਨਾਂ ਫੜ ਕੇ ਉਹਦੇ ਚਪੇੜ ਮਾਰ ਦਿੱਤੀ ਜਾਂ ਗੁੱਸੇ ਹੋ ਗਿਆ ਹਨਾ ਹਾਂ ਹਾਂ ਉਧਰੋਂ ਕੋਈ ਹੋਰ ਸਿਆਣਾ ਬੰਦਾ ਆ ਗਿਆ ਪ੍ਰੀਤਮ ਸਿਆ ਕੀ ਕਾਨੂੰ ਨਿਆਣੇ ਨੂੰ ਕੁੱਟਣਾ ਕਹਿੰਦਾ ਝੂਠੇ ਛੇਲ ਕੇ ਸੱਡਦਾ ਮੈਨੂੰ ਅੱਜ ਵੀ ਯਾਦ ਆ ਮੀਤਾ ਮੋਰਿਓ ਕਹਿੰਦਾ ਛਿਲਕ ਸੁੱਚੇ ਵੀ ਹੁੰਦੇ ਆ ਨੇ ਦੇਖ ਸਹੀ ਤੂੰ ਹਨਾ ਇੱਥੇ ਕਿੱਦਾਂ ਜਾਨੀ ਕਿ ਮੈਂ ਤਾਂ ਅੱਜ ਤੱਕ ਮੈਂ ਜਾਨੀ ਕਿ ਦੇਖ ਲਿਆ ਮੈਂ ਸਟੇਜਾਂ ਤੇ ਗੱਲਾਂ ਕਰਦਾ ਤੂੰ ਕਰਦਾ ਇੰਨੀ ਹਾਜ਼ਰ ਜਵਾਬੀ ਹਾਂ ਹਾਂ ਤਾ ਕਿੱਥੇ ਤੱਕ ਗੱਲ ਸੋਚ ਦਿੱਤੀ ਹੈ ਉਹ ਇੰਦਾ ਆ ਕਿ ਇਹ ਤਾਂ ਕੁਦਰਤੀ ਚੀਜ਼ ਆ ਪਰ ਗੱਲ ਇਹ ਆ ਕਿ ਜਿੱਦਾਂ ਜੇ ਤੁਸੀਂ ਕੁਝ ਪੜ੍ਹੂਗੇ ਸੁਣੂਗੇ ਉਸ ਉਮਰ ਚ ਪੜ੍ਹ ਤਾਂ ਸਕਦੇ ਨਹੀਂ ਸੁਣਿਆ ਸੁਣਾਇਆ ਹੀ ਹੁੰਦਾ ਤੇ ਜੇ ਕੁਝ ਨਿਆਣੇ ਨੂੰ ਗੱਲ ਕਿੱਥੋਂ ਆਦੀ ਹੁੰਦੀ ਜਿਹੜੀ ਉਹ ਸੁਣੀ ਹੋਈ ਹੁੰਦੀ ਆ ਉਹ ਗਾਹ ਕਰ ਦਿੰਦਾ ਇੱਕ ਵਾਰੀ ਸਾਡੇ ਸਾਡੀ ਚਾਚੀ ਹੁੰਦੀ ਸੀ ਮਨਜੀਤ ਕੌਰ ਤੇ ਅਸੀਂ ਕਿਸੇ ਦੇ ਵਿਆਹ ਤੇ ਗਏ ਉਹ ਪਿੰਡ ਚ ਹੀ ਉਹ ਤੇ ਮੈਂ ਬਾਲਾ ਛੋਟਾ ਹਲੇ ਸਕੂਲ ਬਿਨ ਉਸ ਜਾਣ ਲੱਗਾ ਹੂੰ ਤੇ ਉੱਥੇ ਸਾਡੀ ਬੀਬੀ ਕਹੇ ਇਹ ਤਾਂ ਮੁੰਡਾ ਸਾਡਾ ਬਹੁਤ ਤੇਜ ਆ ਇਹਨੂੰ ਤਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਇਹਨੂੰ ਤਾਂ ਸਾਰੇ ਪਿੰਡ ਦੇ ਬੰਦਿਆਂ ਦੇ ਨਾਂ ਵੀ ਆਂਦੇ ਆ ਤੇ ਉਹ ਕਹਿੰਦੀ ਦੱਸ ਮੇਰਾ ਨਾਂ ਕੀ ਆ ਮੈਨੂੰ ਪਤਾ ਬੀਬੀ ਸਾਡੀ ਨਾ ਦੌਣ ਵੱਲ ਬੈਠੀ ਆਪਣੇ ਸਰਾਵੇ ਦੇ ਉੱਤੇ ਹਾਂਜੀ ਤੇ ਮੈਂ ਉਹਦੀਆਂ ਲੱਤਾਂ ਦੇ ਵਿਚਾਲੇ ਖੜਾ ਜਣ ਕੇ ਇੰਨਾ ਛੋਟਾ ਸੀਗਾ ਤੇ ਮੈਂ ਇੱਕ ਨਾਲੇ ਹੱਥ ਮੂੰਹ ਚ ਪਾਇਆ ਮੈਂ ਕਿਹਾ ਸੀਸੋ ਹੈ ਤੇ ਬੀਬੀ ਨੇ ਮੈਨੂੰ ਇਹਦਾ ਥੱਪੜ ਦਿਖਾਇਆ ਕਦੀ ਨਹੀਂ ਮਨਜੀਤ ਕਾਰ ਹੈ ਤੇ ਉਹ ਉਹ ਵਿਚਾਰੀ ਬੋਲ ਰਹੀ ਉਹ ਕਹਿੰਦੀ ਚਾਚੀ ਕਹਿੰਦੀ ਕੋਈ ਨਹੀਂ ਕੋਈ ਨਹੀਂ ਮੁੰਡੇ ਨੂੰ ਗੁੱਸੇ ਨਾ ਹੋਈ ਕਾਕਾ ਮੈਨੂੰ ਪਿੱਠ ਪਿੱਛੇ ਸਾਰੇ ਸੀਸੋ ਹੀ ਕਹਿੰਦੇ ਆ ਨਹੀਂ ਬਿਲਕੁਲ ਦੇਖ ਲੈ ਹੈ ਨਾ ਕਿੰਨੀਆਂ ਗੱਲਾਂ ਤੁਸੀਂ ਹੁਣ ਹਾਂ ਹੁਣ ਇਹਦਾ ਜੇ ਬੰਦਾ ਸਿਆਣਾ ਹੋਵੇ ਤਾਂ ਉਹਨੂੰ ਪਤਾ ਹਾਵੇ ਮੇਰੇ ਪਿੱਠ ਪਿੱਛੇ ਕਿਹੜੀ ਗੱਲ ਹੁੰਦੀ ਆ ਹਨਾ ਕਈ ਆਪਣਾ ساری ਜ਼ਿੰਦਗੀ ਨਾ ਬਿਲਕੁਲ ਵਹਿਮ ਚ ਹੀ ਕੱਢ ਦਿੰਦੇ ਆ ਹਨਾ ਵਹਿਮ ਚੇ ਵਹਿਮ ਚੇ ਕੱਢ ਦਿੰਦੇ ਆ ਵੀ ਮੇਰੀ ਤਾਂ ਜੀ ਬੜੀ ਚੜਤ ਵਾ ਮੇਰੇ ਮੂਰੇ ਤਾਂ ਇਦਾਂ ਆ ਹਨਾ ਪਰ ਜੇ ਬੰਦੇ ਨੂੰ ਪਤਾ ਆ ਵੀ ਮੇਰੀ ਪਿੱਠ ਪਿੱਛੇ ਇਦਾਂ ਦੀ ਗੱਲ ਵੀ ਹੋ ਸਕਦੀ ਆ ਆ ਵੀ ਮੇਰੇ ਚੌਗਣ ਵਾ ਆ ਮੇਰਾ ਹਾਂ 네ਗੇਟਿਵ ਪੁਆਇੰਟ ਵਾ ਹਨਾ ਜਾਂ ਇੱਥੋਂ ਮੈਂ ਊਣਾ ਆ ਹਨਾ ਜਾਂ ਆ ਮੇਰੀ ਕੋੜੀ ਕੋੜੀ ਸਚਾਈ ਆ ਜਿਹੜੀ ਸਾਹਮਣੇ ਕੋਈ ਨਹੀਂ ਕਹਿੰਦਾ ਪਿੱਛੇ ਆਹ ਕਹਿੰਦੇ ਆ ਤਾਂ ਮੇਰਾ ਖਿਆਲ ਦੁੱਖ ਵੀ ਘਟ ਹੋਊਗਾ ਤੇ ਸੁਧਰਨ ਦਾ ਸਮਾਂ ਵੀ ਸੁਧਰੂਗਾ ਵੀ ਬੰਦਾ ਬੰਦਾ ਬਹੁਤ ਇਦਾਂ ਗੱਲਾਂ ਨਾਲ ਸੁਧਰਦਾ ਜੇ ਕੋਈ ਦੱਸੇ ਨਾ ਤਾਂ ਪਤਾ ਨਹੀਂ ਲੱਗਦਾ ਹੂੰ ਕੋਈ ਨਾ ਕੋਈ ਇਨਸਾਨ ਤਾਂ ਦੁਨੀਆ ਦੇ ਕਿ ਤੁਹਾਡਾ ਕੋਈ ਨਾ ਕੋਈ ਮਿੱਤਰ ਕੋਈ ਘਰ ਦਾ ਬੰਦਾ ਤੇ ਇਦਾਂ ਦਾ ਚਾਹੀਦਾ ਜਿਹੜਾ ਤੁਹਾਨੂੰ ਕਹਿ ਦੇਵੇ ਵੀ ਭਾਈ ਆਪਣਾ ਨੱਕ ਸਾਫ਼ ਕਰਕੇ ਬਾਹਰ ਜਾਈ ਆਹੋ ਜਾਂ ਜਾਂ ਤੇਰੀ ਕਮੀਜ਼ ਦੇ ਬਟਨ ਨਹੀਂ ਵੇ ਠੀਕ ਹਾਂ ਜਿਪ ਖੁੱਲੀ ਆ ਤੇਰੀ ਪਰ ਜਿਪ ਕਹਿਣ ਦਾ ਵੀ ਹੁਣ ਤਰੀਕਾ ਹੁੰਦਾ ਤੇ ਮੈਂ ਇੱਕ ਵਾਰੀ ਫੇਰ ਮੈਨੂੰ ਗੱਲ ਯਾਦ ਆ ਗਈ ਮੈਂ ਹੋਊਂਗਾ 8ਵੀਂ 9ਵੀਂ ਚ ਪੜਦਾ ਹੋਊਂਗਾ ਤੇ ਮੈਂ ਕਿਸੇ ਜਗ੍ਹਾ ਤੋਂ ਆਇਆ ਤੇ ਨਾਲ ਪਤਾ ਨਹੀਂ ਕੌਣ ਹੋਊਗਾ ਸਿਆਣਾ ਬੰਦਾ ਤੇ ਪਰ ਫਗਵਾੜੇ ਦੀ ਗੱਲ ਆ ਫਗਵਾੜੇ ਬੱਸ ਛੱਡੇ ਤੇ ਸੀ ਇੱਕ ਬੱਸ ਛੱਡ ਕੇ ਦੂਜੀ ਬੱਸ ਲੈਣੀ ਸੀ ਅੱਛਾ ਤੇ ਹੱਲੇ ਆ ਬਹੁਤ ਜਿੱਦਾ ਸਵੇਰਾ ਸਵੇਰਾ ਹੀ ਬੱਸ ਆ ਕੇ ਖੜ ਗਈ ਬਾਹਰ ਹੀ ੱਡੇ ਦੇ ਅੱਛਾ ਤੇ ਕੋਈ ਵੇਚਣਾ ਤੇ ਉਹ ਕਹਿੰਦੇ ਦੋ ਚਾਰ ਬੰਦੇ ਹੋਰ ਆ ਲੈਣਦੇ ਉਹੇ ਚੱਲਦੇ ਆ ਤੇ ਮੈਂ ਬਾਹਰ ਖੜਾ ਉੱਥੇ ਮੈਨੂੰ ਚੇਤਾ ਤੇ ਕੰਡੈਕਟਰ ਨੇ ਮੇਰੇ ਵੱਲ ਨੂੰ ਦੇਖਿਆ ਤੇ ਨਾਲੇ ਉਹਨਾਂ ਆਪਣੀ ਜਿਪ ਠੀਕ ਕਰ ਲਈ ਨਾਲੇ ਮੈਨੂੰ ਕਹਿੰਦਾ ਜਿਪ ਤੇਰੀ ਵੀ ਮੇਰੇ ਵਾਂਗੂ ਖੁੱਲੀ ਬਹੁਤ ਤਰੀਕਾ ਵਧੀਆ ਹਨਾ ਤਾਂ ਫਾਰੀਗਰ ਮਰਲੇ ਗੱਲ ਤੁਹਾਨੂੰ ਯਾਦ ਹੋ ਜਾਂਦੀ ਆ ਕਿ ਅਗਲੇ ਦੀ ਬੇਇੱਜ਼ਤੀ ਨਹੀਂ ਕਰਨੀ ਨਹੀਂ ਨਹੀਂ ਸਾਡੇ ਪ੍ਰਿੰਸੀਪਲ ਗਰਮੀਤ ਸਿੰਘ ਹੁਣੀ ਨਾ ਜੇ ਉਹਨਾਂ ਨੂੰ ਕੋਈ ਬੰਦਾ ਇੰਗਲਿਸ਼ ਦੀ ਗੱਲ ਪੁੱਛੇ ਹਾਂ ਜਦਾਂ ਭਈ ਆਹਾ ਐਡਾ ਹੁੰਦਾ ਆ ਅਸੀਂ ਪ੍ਰਿੰਸੀਪਲ ਸਾਹਿਬ ਜੀ ਕੇ ਇਦਾਂ ਹੁੰਦਾ ਉਹਨਾਂ ਨੇ ਕਹਿਣਾ ਤੇਰਾ ਵੀ ਠੀਕ ਵਾ ਉਦਾਂ ਇਦਾਂ ਜਿਆਦਾ ਠੀਕ ਵਾ ਹਾਂ ਤੇ ਦਾ ਦੁੱਖ ਨਹੀਂ ਲਾਉਣਾ ਗੱਲ ਦੱਸ ਦੇਣੀ ਉਦਾਂ ਹਨਾ ਦੁੱਖ ਨਹੀਂ ਲਾਣਾ ਹਾਂ ਜਦੋਂ ਅਸੀਂ ਗਏ ਛੇਮੀਚ ਤੇ ਦੇਵਕੀ ਨੰਦਰ ਹੁਣੀ ਸਾਨੂੰ ਇੰਗਲਿਸ਼ ਪੜਾਦੇ ਸੀ ਤੁਹਾਨੂੰ ਵੀ ਉਹਨਾਂ ਨੇ ਪੜਾਈ ਆ ਉਹਨਾਂ ਉਹਨਾਂ ਕੋਲ ਵੀ ਪੜਿਆ ਹਾਂਜੀ ਏ ਤੇ ਐਪਲ ਆ ਗਿਆ ਬੀ ਤੇ ਬਲੂਨ ਆ ਗਿਆ ਕਹਿੰਦੇ ਬਲੂਨ ਕੀ ਹੁੰਦਾ ਬਈ ਤੇ ਮੈਂ ਹੱਥ ਖੜਾ ਕਰਨ ਲੱਗਾ ਮੈਂ ਕੀਤਾ ਨਹੀਂ ਹੱਥ ਖੜਾ ਤੇ ਜਾਨੂੰ ਸੰਜੀਵ ਨੇ ਕਰ ਦਿੱਤਾ ਆਪਣੇ ਭਾਰਤ ਡਰਾਈ ਕਲੀਨ ਵਾਲਿਆਂ ਦੇ ਮੁੰਡੇ ਨੇ ਵਾਹ ਵਾਹ ਹਾਂ ਉਹ ਗੁਰਨਾਨਕ ਸਕੂਲ ਵਿੱਚ ਪੜ੍ਹੇ ਹੋ ਸਕੇ ਹਾਂਜੀ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਅਸੀਂ ਪ੍ਰਾਇਮਰੀ ਸਕੂਲ ਚੋਂ ਪੜ੍ਹ ਕੇ ਗਏ ਸੀ ਸੰਤਾਂ ਦੀ ਨਸ ਪਰ ਮੈਨੂੰ ਬਲੂਨ ਦਾ ਪਤਾ ਸੀ ਵੀ ਕੀ ਆ ਬਲੂਨ ਫੋਟੋ ਵੀ ਬਾਈ ਹੋ ਸੀ ਤੇ ਚਲੋ ਜੀ ਉਹਨੇ ਹੱਥ ਖੜਾ ਕਰ ਦਿੱਤਾ ਉਹਨਾਂ ਨੇ ਉਹਨੂੰ ਪੁੱਛਿਆ ਕਹਿੰਦੇ ਕੀ ਹੁੰਦਾ ਉਹ ਕਹਿੰਦਾ ਗੁਬਾਰ ਆ ਤੇ ਮੈਂ ਬੜਾ ਰੱਬ ਦਾ ਸ਼ੁਕਰ ਕੀਤਾ ਕਿ ਮੈਂ ਨਹੀਂ ਹੱਥ ਖੜਾ ਕਰ ਦਿੱਤਾ ਕੀ ਗੱਲ ਮੈਨੂੰ ਨਹੀਂ ਪੁੱਛਦਾ ਜੇ ਮੈਨੂੰ ਪੁੱਛ ਲੈਂਦੇ ਤਾਂ ਮੈਂ ਕਹਿਣਾ ਸੀ ਭੂਬੜਾ ਸਾਰਿਆਂ ਨੇ ਇੱਕ ਸੋਚਣਾ ਸੀ ਇਹ ਬੜੇ ਪਛੜੇ ਹੋਏ ਆਏ ਆ ਨਹੀਂ ਉਹੀ ਗੱਲ ਹਾਂ ਗੱਲਾਂ 'ਚੋਂ ਗੱਲ ਆ ਗਈ ਉਹ ਇੱਕ ਵਾਰੀ ਇੱਕ ਮਾਸਟਰ ਮਾਲਪਰ ਦੇ ਹਾਂ ਕਮਲ ਨੂੰ ਕਹਿੰਦਾ ਤੂੰ ਬਦਮਾਸ਼ ਬਣ ਗਿਆ ਉੱਤੇ ਉਹ ਕਮੀਜ਼ ਖੁੱਲੀ ਛੱਡੀ ਹੋਆ ਕਮਲ ਕਹਿੰਦਾ ਜੀ ਇਹਦਾ ਗਦਾਮ ਟੁੱਟ ਗਿਆ ਆ ਹਾਂ ਕਹਿੰਦਾ ਟੁੱਟਾ ਆ ਤਾਂ ਹੋਊਗਾ ਲਫ਼ਜ਼ ਤਾਂ ਸਿੱਖ ਲੈ ਬਟਨ ਹੁੰਦਾ ਕਮਲ ਕਹਿੰਦਾ ਮੈਂ ਹਵਲੀ ਦੇਣੀ ਆਪਣੇ ਮੂੰਹ 'ਚ ਹੀ ਕਹਿ ਤਾ ਉਹਨੂੰ ਤਾਂ ਸੁਣਿਆ ਨਹੀਂ ਜਦਾਂ ਗਲੀਲੀਓ ਨੇ ਕਿਹਾ ਸੀ ਧਰਤੀ ਅਜੇ ਵੀ ਘੁੰਮਦੀ ਆ ਕਹਿੰਦਾ ਥੱਲੇ ਨੂੰ ਕਹਿੰਦਾ ਮੈਂ ਕਿਹਾ ਜੀ ਪੰਜਾਬੀ 'ਚ ਗਦਾਮ ਇਹ ਹੁੰਦਾ ਹਨਾ ਗਦਾਮ ਹੀ ਹੁੰਦਾ ਹਾਂ ਜਦੋਂ ਨਾ ਹੁਣ ਹੁਣ ਸੰਤਾਰ ਉਹ ਦੂਜੇ ਦੀ ਨਾ ਜਿਹੜੀ ਕਲੀ ਗਾਈ ਆ ਮੈਂ ਪਹਿਲਾਂ ਗੱਲ ਕਰਦਾ ਸੀ ਹਾਂ ਹਾਂ ਉਹ ਉਹਦੇ ਵਿੱਚ ਕਹਿੰਦਾ ਬਰਸਾ 2011 ਵਾਰਿਸ ਕਮਲ ਨੇ ਗਾ ਦਿੱਤਾ ਇਸ ਵਿੱਚ ਸਾਜ ਖੜਕਿਆ ਗਬਲੇ ਵੀ ਸੰਗਤਾਰ ਦਾ ਹੁਣ ਸਾਡੇ ਦੁਆਬੇ ਚ ਗਬਲਾ ਕਹਿੰਦੇ ਆ ਹਨਾ ਗੱਗਾ ਭੱਬਾ ਲੱਲੇ ਨੂੰ ਕੰਨਾ ਗਬਲਾ ਹਾਂ ਹੁਣ ਬਾਕੀ ਬੋਲੀਆਂ ਚ ਵਿਚਕਾਰ ਲਾ ਕਹਿੰਦੇ ਆ ਹਨਾ ਵਿਚਕਾਰ ਲਾ ਹਾਂ ਤੇ ਅਸੀਂ ਜਦੋਂ ਤੈਨੂੰ ਪਤਾ ਆ ਜਦ ਚੇਤਾ ਤੈਨੂੰ ਜਦ ਸ਼ੋਸ਼ਮਾ ਉਹਨਾਂ ਦੇ ਘਰ ਬੈਠ ਕੇ ਗਜ਼ਲਾਂ ਦਾ ਸ਼ੋਅ ਲਾਇਆ ਸੀ ਅਸੀਂ ਜਦੋਂ ਨਵੇਂ ਨਵੇਂ ਆਏ ਸੀ ਹਨਾ ਆਹੋ ਆਹੋ ਨਹੀਂ ਉਦਾਂ ਮੈਨੂੰ ਚੇਤਾ ਪਰ ਉਹਦੀ ਕੋਈ ਗੱਲ ਨਹੀਂ ਯਾਦ ਨਹੀਂ ਆਹਾਂ ਗੱਲ ਉਦਣ ਹੋਈ ਸੀ ਜਿਹਲੇ ਕਹਿੰਦੇ ਤੁਹਾਡੇ ਚੋਂ ਵੱਡਾ ਕੌਣ ਛੋਟਾ ਕੌਣ ਅਮੇਕਾ ਕਮਲੋ ਛੋਟਾ ਆ ਸਾਡੇ ਚੋਂ ਸੰਤਾਰ ਗਬਲ ਆ ਉਹ ਜਿਹੜੇ ਹਿੰਦੀ ਜੇ ਬੋਲਣ ਵਾਲੇ ਉਹ ਸਾਰੇ ਹੱਸ ਪਏ ਉੱਚੀ ਉੱਚੀ ਤੇ ਪਰ ਜਦੋਂ ਹੁਣ ਅਸੀਂ ਕਲੀ ਚ ਉਹ ਗੱਲ ਕਹੀ ਫੇਸ ਵਿੱਚ ਸਾਜ ਖੜ ਗਿਆ ਮੁਰੇ 50000 ਬੰਦਾ ਹੋਵੇ ਸਾਰਾ ਇਹ ਕਹੂਗਾ ਗਬਲੇ ਵੀਰ ਸੰਤਾਰ ਦਾ ਹਨਾ ਸਾਨੂੰ ਆਪਣੀ ਮੇਰੀ ਮਾਂ ਬੋਲੀ ਆ ਉੱਤੇ ਹੈ ਮਾਣ ਹੋਣਾ ਚਾਹੀਦਾ ਮੈਂ ਇੱਥੇ ਇੱਕ ਹੋਰ ਗੱਲ ਦੱਸਦਾ ਕਿ ਜਿੱਦਾਂ ਹੁਣ ਤੁਸੀਂ ਚਲੋ ਚਾ ਕਮਲ ਆ ਤੁਸੀਂ ਰੋਜ਼ ਸ਼ੋਅ ਕਰਨ ਜਾਂਦੇ ਆ ਬਹੁਤ ਤਰ੍ਹਾਂ ਦੇ ਕਦੇ ਬਠਿੰਡੇ ਕਦੇ ਗੰਗਾ ਨਗਰ ਕਦੇ ਕਿਤੇ ਹਾਂ ਮੈਨੂੰ ਇੰਨਾ ਵਕ ਵਕ ਲੋਕਾਂ ਚ ਜਿਹੜੇ ਵੇਚਣ ਦਾ ਐਨਾ ਮੌਕਾ ਨਹੀਂ ਮਿਲਦਾ ਉਹਦੇ ਨਾਲ ਤੁਸੀਂ ਹਲੇ ਫਿਰ ਵੀ ਉਹਨਾਂ ਦੀ ਬੋਲੀ ਦੇ ਕੁਝ ਜਿਹੜੇ ਹੋਰ ਅਲੱਗਾ ਹੀ ਸ਼ਬਦ ਉਹ ਜਾਦੇ ਪਿਕ ਕਰ ਲੈ ਹਾਂਜੀ ਸਾਡੀ ਹੁਣ ਬੋਲੀ ਨਾ ਥੋੜੀ ਜਿਹੀ ਜਦੋਂ ਮਿਲ ਗੋਬਾ ਹੋ ਗਈ ਉਦਾਂ ਮਿਲ ਗੋਬਾ ਹੋ ਗਈ ਤੇ ਪਰ ਉਹ ਕੀ ਹੁੰਦਾ ਕਿ ਮੈਨੂੰ ਆਪਣੇ ਆਪ ਨੂੰ ਬਹੁਤ ਰਹਿਣਾ ਇੱਕ ਇਦਾਂ ਵੀ ਜਦੋਂ ਹੁਣ ਜੇ ਵਧੀਆ ਕਹਿ ਹੋ ਗਿਆ ਬੱਬੇ ਨਾਲ ਹਾਂ ਬੱਬੇ ਨਾਲ ਕਹਿ ਹੋ ਜਾਂਦਾ ਸਾਡੇ ਪਿੰਡਾਂ ਦੇ ਆ ਲੋਕਾਂ ਤੋਂ ਜਾਂ ਕੋਈ ਹੋਰ ਜੇ ਮਾੜਾ ਜਾਂ ਧਿਆਨ ਦਿੱਤਾ ਤਾਂ ਕਈ ਵਾਰੀ ਬੱਬੇ ਦਿੱਤਾ ਵਾਹ ਵਾਹ ਵੀ ਕਹਿ ਹੋ ਜਾਂਦਾ ਤੇ ਹੋਰ ਵੀ ਇਦਾਂ ਦੇ ਪੰਜਾਬੀ ਦੇ ਲਫ਼ਜ਼ ਸੀਗਾ ਵਗੈਰਾ ਇਦਾਂ ਦੇ ਕਹਿ ਹੋ ਜਾਂਦੇ ਤੇ ਮੈਨੂੰ ਬੜਾ ਆਪਣੇ ਆਪ ਨੂੰ ਰਹਿਣਾ ਕਿ ਯਾਰ ਨਾਲੇ ਕਹਿਣ ਵਾਲਿਆਂ ਨੇ ਵੀ ਕਹਿਣਾ ਆਹ ਨਹੀਂ ਸ਼ਬਦ ਹੁੰਦਾ ਆਹ ਸ਼ਬਦ ਹੁੰਦਾ ਤੇ ਪਰ ਹੁਣ ਮੈਂ ਜਦੋਂ ਸਾਰੀ ਦੁਨੀਆ ਦੇਖ ਲਈ ਹੋਰ ਵੀ ਕਿਤਾਬਾਂ ਪੜ੍ਹੀਆਂ ਭਈ ਡਾਇਲੈਕਟ ਕੀ ਹੁੰਦੇ ਆ ਜਿਹੜੀ ਹੁਣ ਪੰਜਾਬੀ ਆ ਇਹ ਦੇ ਤੁਸੀਂ ਦੇਖੋ ਪੇ ਪੰਜਾਬੀ ਪੁਆਦੀ 도ਗਰੀ ਤੋਂ ਲੈ ਕੇ ਉਹ ਲਹਿੰਦੀ ਤੱਕ ਕਿੰਨੇ ਪੁੱਠੋ ਹਾਈ ਤੱਕ ਕਿੰਨੇ ਪੰਜਾਬੀ ਦੇ ਡਾਇਲੈਕਟ ਆ ਬਿਲਕੁਲ ਤੁਸੀਂ ਇਹ ਕਿਦਾਂ ਕਹਿ ਸਕਦੇ ਆ ਪਿਆ ਆ ਡਾਇਲੈਕਟ ਦੂਜੇ ਨਾਲੋਂ ਵਧੀਆ ਆ ਤੁਸੀਂ ਜੇ ਇੱਕ ਤਕਸਾਲੀ ਬੋਲੀ ਬਣਾ ਲਈਓ ਠੀਕ ਆ ਪਰ ਜਿਹੜੀ ਸਾਡੀ ਬੋਲੀ ਸਾਡੀ ਮਾਂ ਬੋਲ ਰਹੀ ਸੀ ਜੇ ਅਸੀਂ ਉਹਨੂੰ ਮਾਂ ਬੋਲੀ ਕਹਿਣਾ ਤਾਂ ਉਹਨੂੰ ਫਿਰ ਠੀਕ ਕਿਉਂ ਕਰਦੇ ਆ ਹੂੰ ਤੇ ਜੇ ਫਿਰ ਮੇਰੇ ਤੋਂ ਵਧੀਆ ਕਹਿ ਹੋ ਜਾਂਦਾ ਤੇ ਮੈਂ ਹੁਣ ਖਿਆਲ ਨਹੀਂ ਕਰਦਾ ਤੇ ਨਾ ਹੀ ਮੈਂ ਕੱਟ ਕੇ ਦੁਬਾਰਾ ਕਹਿੰਦਾ ਤੇ ਮੈਂ ਕਹਿੰਦਾ ਠੀਕ ਆ ਪਰ ਉਦਾਂ ਕੋਸ਼ਿਸ਼ ਕਰੀਦੀ ਆ ਵੀ ਜੇ ਹੋ ਜਾਵੇ ਪਹਿਲਾਂ ਕਿਸੇ ਚੀਜ਼ ਦਾ ਕੋਈ ਖਿਆਲ ਆ ਜਾਵੇ ਪਰ ਜੇ ਕਹਿ ਹੋ ਗਿਆ ਤਾਂ ਕੋਈ ਫਰਕ ਨਹੀਂ ਆਹੋ ਜੇ ਫਲੋ ਚ ਕਹਿ ਹੋ ਗਿਆ ਤਾਂ ਫਿਰ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸਗੋਂ ਇਹੀ ਮਾਣ ਮਹਿਸੂਸ ਕਰਨਾ ਜਿੱਦਾਂ ਅਸੀਂ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਨਾ ਉਸੇ ਤਰੀਕੇ ਨਾਲ ਅਸੀਂ ਆਪਣੇ ਦੁਆਬੀ ਬੋਲੀ ਦਾ ਵੀ ਮਾਣ ਕਰਨਾ ਤਾਂ ਹੀ ਇਹ ਚੀਜ਼ਾਂ بچਣੀਆਂ ਨਹੀਂ ਤਾਂ ਫਿਰ ਉਹ ਸ਼ਬਦ ਅਲੋਪ ਹੋ ਜਾਣੇ ਉਹਦੀ ਜਗ੍ਹਾ ਨਹੀਂ ਕੋਈ ਬੂਟਾ ਹੋਰ ਲਿਆ ਕੇ ਲਾ ਦੇਣਾ ਹਾਂ ਹਾਂ ਉਹਨੂੰ ਵਿਭਾਗ ਨੂੰ ਵੱਡਾ ਕਰਨਾ ਆ ਜਾ ਕਹਿ ਲੋ ਵੀ ਦੂਜੇ ਦੇ ਬਾਗ ਵਿੱਚ ਵੀ ਸਾਡੇ ਕਲਮ ਲੱਗੇ ਸਾਡੇ ਬੂਟੇ ਦੀ ਜਾ ਕੇ ਬਿਲਕੁਲ ਬਿਲਕੁਲ ਤੇ ਨਾਲੇ ਜਿਹੜਾ ਦੂਜੀਆਂ ਚੀਜ਼ਾਂ ਚੋਂ ਸਿੱਖਣੀ ਉਹ ਵੀ ਕੋਈ ਮਾੜੀ ਗੱਲ ਨਹੀਂ ਇੱਕ ਸਾਡੇ ਤੁਹਾਨੂੰ ਪਤਾ ਅਜੋਏ ਚੱਕਰਵਰਤੀ ਬਹੁਤ ਮਹਾਨ ਸਿੰਘ ਰਿਆ ਆ ਬਿਲਕੁਗ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਜੀ ਤੁਹਾਡਾ ਆਪਣਾ ਘਰਾਣਾ ਆ ਤੇ ਤੁਸੀਂ ਹੋਰ ਘਰਾਣਿਆਂ ਦੀ ਗਾਇਕੀ ਵੀ ਸਿੱਖਦੇ ਆ ਤੇ ਜੇ ਇੰਦਾ ਲੋਕ ਹੋਰ ਘਰਾਣਿਆਂ ਦੀ ਗਾਇਕੀ ਵੀ ਗਾਣ ਲੱਪੇ ਤਾਂ ਫੇ ਘਰਾਣਾ ਗਾਇਕੀ ਖਤਮ ਨਹੀਂ ਹੋ ਜਾਊਗੀ ਹੂੰ ਕਹਿੰਦੇ ਘਰਾਣੇ ਦੀ ਗਾਇਕੀ ਇੰਦਾ ਆ ਵੀ ਜਿੱਦਾਂ ਸਾਡੀ ਮਾਂ ਬੋਲੀ ਆ ਵੀ ਅਸੀਂ ਜਿਹੜੀ ਸਿੱਖ ਲਈ ਉਹ ਆਂਦੀ ਆ ਤੇ ਪਰ ਕਹਿੰਦੇ ਮੈਂ ਘਰਾਣੇ ਨੂੰ ਇਹ ਵੀ ਕਹਿੰਨਾ ਵੀ ਘਰਾਣਾ ਸਾਡਾ ਘਰ ਆ ਤੇ ਜੇ ਤੁਸੀਂ ਆਪਣਾ ਘਰ ਤੁਸੀਂ ਕਹਿੰਦੇ ਤੁਸੀਂ ਆਪਣਾ ਘਰ ਦੇਖੋ ਤੇ ਜਦੋਂ ਤੁਸੀਂ ਬਾਹਰ ਜਾਂਦੇ ਆ ਤੇ ਤੁਹਾਨੂੰ ਕੋਈ ਵਧੀਆ ਚੀਜ਼ ਲੱਗੇ ਕਿਤੇ ਕੋਈ ਗੁਲਦਸਤ ਫੇਲ ਤੇ ਲੱਗਾ ਆ ਕਿਤੇ ਕੋਈ ਵਧੀਆ ਟੇਬਲ ਆ ਜਾਂ ਕੋਈ ਕੁਛ ਕਹਿੰਦੇ ਤੁਸੀਂ ਸੋਚਦੇ ਆ ਯਾਰ ਜੇ ਮੈਂ ਆਪਣੇ ਘਰ ਲੈ ਜਮਾ ਤਾਂ ਮੇਰਾ ਘਰ ਇਹਦੇ ਨਾਲ ਸੋਹਣਾ ਹੋਰ ਹੋ ਜਾਣਾ ਤੇ ਕਹਿੰਦੇ ਵੀ ਉਹ ਅਸੀਂ ਲਿਆ ਲਿਆ ਕਿ ਗੁਲਦਸਤੇ ਆਪਣੇ ਘਰ ਚ ਰੱਖਦੇ ਸਾਡਾ ਘਰ ਥੋੜੋ ਕਿਸੇ ਦਾ ਹੋ ਜਾਂਦਾ ਪਰ ਅਸੀਂ ਗੁਲਦਸਤਾ ਹੋਰ ਮਾਰਕੀਟ ਚੋਂ ਖਰੀਦੇ ਆ ਇਸੇ ਤਰੀਕੇ ਨਾਲ ਅਸੀਂ ਆਪਣੀ ਬੋਲੀ ਆਪਣਾ ਸੱਭਿਆਚਾਰ ਜੇ ਸਾਨੂੰ ਕਿਸੇ ਵੀ ਚੀਜ਼ ਚ ਕੋਈ ਵਧੀਆ ਚੀਜ਼ ਲੱਗਦੀ ਆ ਉਹਨੂੰ ਲਿਆ ਕੇ ਆਪਣਾ ਘਰ ਸਜਾਈਏ ਪਰ ਆਪਣਾ ਘਰ ਨੂੰ ਉਪਰਾ ਕਰਨਾ ਬਣਾਈਏ ਇਦਾਂ ਹੀ ਆ ਹੁਣ ਜਿੱਦਾਂ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਨਵੀਆਂ ਚੀਜ਼ਾਂ ਆ ਉਹਨਾਂ ਨੂੰ ਅਸੀਂ ਅਪਣਾਈਏ ਸਾਰੇ ਜਿੱਦਾਂ ਹੁਣ ਫੋਨ ਸਾਰਿਆਂ ਕੋਲ ਹੋ ਗਏ ਆ ਸਾਰਾ ਕੁਝ ਹੈਗਾ ਤੇ ਹੁਣ ਪੌਡਕਾਸਟ ਜਿਹੜੀ ਉਹ ਨਵੀਂ ਚੀਜ਼ ਚੱਲੀ ਆ ਇੱਕ ਹਨਾ ਹੁਣ ਫਿਊਚਰ ਇਹ ਆਉਣ ਵਾਲੇ ਸਮੇਂ ਦਾ ਰੇਡੀਓ ਕਹਿੰਨੇ ਆ ਇਹਨੂੰ ਹਾਂ ਤੇ ਗੁਲਦਸਤਾ ਹੀ ਆ ਇਹ ਇਦਾਂ ਦੀ ਹੋਰ ਸ਼ੁਰੂ ਹੋਊਗੀ ਉਹ ਗੁਲਦਸਤਾ ਬਣੂਗਾ ਇੱਕ ਹੋਰ ਸ਼ੁਰੂ ਕਰੂਗਾ ਉਹ ਗੁਲਦਸਤਾ ਸੋ ਜਿਹੜੇ ਸਾਡੇ ਸੁਣਨ ਵਾਲੇ ਸੱਜਣਾ ਉਹ ਇਹਨਾਂ ਗੁਲਦਸਤਿਆਂ ਨੂੰ ਆਪਣੇ ਘਰਾਂ ਵਿੱਚ ਸਜਾ ਕੇ ਹੋਰ ਮਹਿਕਾਂ ਮਾਣੂਗੇ ਉਦਾਂ ਵੀ ਜਦੋਂ ਨਾਲ ਤੁਹਾਡੇ ਕੋਈ ਇਦਾਂ ਦੀ ਗੱਲ ਜਿਹੜੀ ਵਾਪਰੀ ਹੋ ਆ ਤੁਹਾਡੇ ਨਾਲ ਉਹਦੇ ਨਾਲ ਦੀ ਰਲਦੀ ਮਿਲਦੀ ਗੱਲ ਤੁਸੀਂ ਸੁਣਦੇ ਆ ਕਿਤੇ ਤਾਂ ਬੜਾ ਸੁਖ ਦਾ ਅਹਿਸਾਸ ਜਿਆ ਹੁੰਦਾ ਆ ਤੇ ਜੇ ਨਵੀਂ ਗੱਲ ਹੋਵੇ ਤਾਂ ਨੌਲੇਜ 'ਚ ਵਾਧਾ ਹੋ ਜਾਂਦਾ ਸੋ ਇਹ ਇੱਕ ਬੜੀ ਵਧੀਆ ਫਿਰਤਾ ਪੌਡਕਾਸਟ ਜਿਹੜੀ ਪੰਜਾਬੀ ਵਿੱਚ ਤੁਸੀਂ ਸ਼ੁਰੂ ਕੀਤੀ ਆ ਤੇ ਹੋਰ ਦੇਖੋ ਦੇਖੀ ਬਹੁਤ ਲੋਕ ਇੱਧਰਲੇ ਪਾਸੇ ਆਉਣਗੇ ਪੰਜਾਬੀ ਕ੍ਰਾਂਤੀਕਾਰੀ ਕਵਿਤਾ ਦੇ ਮੋਢੀ ਕਵੀ ਲੇਖਕ ਚਿੰਤਕ ਤੇ ਗਾਂ ਬਦੂ ਜਨ ਤੱਕ ਲਹਿਰਾਂ ਦੇ ਸਰਗਰਮ ਕਲਾਟਿਏ ਪਾਸ਼ ਉਹਨਾਂ ਦੀ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਵਿਤਾ ਦਾ ਸਰਲੇਖ ਹੈ ਮੇਰੀ ਮਾਂ ਦੀਆਂ ਅੱਖਾਂ ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ ਤਾਂ ਮੈਨੂੰ ਉਸ ਦੀਆਂ ਅੱਖਾਂ 'ਚ ਨੁਕਸ ਚਾਪਿਆ ਸੀ ਮੇਰੇ ਬਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ ਤੇ ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਹਨ ਇੱਕ ਦਿਨ ਜੱਟੂ ਦੀ ਹੱਤੀ ਤੋਂ ਮੈਨੂੰ ਕਣਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ ਮੈਂ ਉਸ ਦਿਨ ਪਿੰਡ ਛੱਡ ਦਿੱਤਾ ਮੇਰਾ ਵਿਸ਼ਵਾਸ ਸੀ ਕਿ ਜੇ ਤਾਜਾਂ ਵਾਲੇ ਚੋਰ ਹਨ ਤਾਂ ਫਿਰ ਸੋਨੇ ਕੋਈ ਹੋਰ ਹਨ ਸ਼ਹਿਰਾਂ ਵਿੱਚ ਮੈਂ ਥਾਂ ਥਾਂ ਕੋਜ ਵੇਖਿਆ ਪ੍ਰਕਾਸ਼ਨਾ ਵਿੱਚ ਕੈਫਿਆਂ ਵਿੱਚ ਦਫ਼ਤਰਾਂ ਤੇ ਥਾਣਿਆਂ ਵਿੱਚ ਅਤੇ ਮੈਂ ਦੇਖਿਆ ਇੱਕ ਕੂਜ ਦੀ ਨਦੀ ਦਿੱਲੀ ਦੇ ਗੋਲ ਪर्वਤ ਵਿੱਚੋਂ ਸੇਮਦੀ ਹੈ। ਅਤੇ ਉਸ ਗੋਲ ਪर्वਤ ਵਿੱਚ ਸਰਾਖ ਕਰਨ ਲਈ ਮੈਂ ਕੂਜ ਵਿੱਚ ਵੜਿਆ, ਕੂਜ ਸੰਗ ਲੜਿਆ ਤੇ ਕਈ ਲਹੂ ਲੋਹਾਂ ਵਰਿਆਂ ਕੋਲੋਂ ਲੰਘਿਆ। ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਇਨਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ। ਤੇ ਉਹੀ ਉਹ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ। ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਹੈ। ਪੰਜਾਬੀ ਪੌਡਕਾਸਟ ਨੂੰ ਸੁਣ ਲਈ ਬਹੁਤ-ਬਹੁਤ ਧੰਨਵਾਦ ਤੇ ਜਿੱਥੇ ਵੀ ਤੁਸੀਂ ਇਸ ਨੂੰ ਸੁਣਿਆ ਉੱਥੇ-ਉੱਥੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਫੋਨ ਤੇ ਆਪਣੇ ਕੰਪਿਊਟਰ ਤੇ ਜਾਂ ਕਿਸੇ ਵੀ ਡਿਵਾਈਸ ਦੇ ਉੱਤੇ ਬਹੁਤ ਤਰੀਕੇ ਨਾਲ ਪੌਡਕਾਸਟ ਨੂੰ ਸੁਣਿਆ ਜਾ ਸਕਦਾ ਤੇ ਜੇ ਤੁਸੀਂ ਸਬਸਕ੍ਰਾਈਬ ਕਰ ਚੁੱਕੇ ਹੋ ਤਾਂ ਇਹਨੂੰ 5 ਸਟਾਰ ਰੇਟਿੰਗ ਜ਼ਰੂਰ ਦਿਓ ਤਾਂ ਕਿ ਸਰਚ ਦੇ ਵਿੱਚ ਉੱਪਰ ਤੋਂ ਉੱਪਰ ਰਹੇ ਤੇ ਅਗਲੇ ਹਫ਼ਤੇ ਤੁਹਾਡੇ ਨਾਲ ਨਵਾਂ ਐਪੀਸੋਡ ਲੈ ਕੇ ਫੇਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਆਗਿਆ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ